ਅੱਜ ਸ਼ਹੀਦ ਸੁਖਦੇਵ ਥਾਪਰ ਜੀ ਦਾ ਜਿਹੜਾ ਜਨਮ ਦਿਹਾੜਾ ਖੰਨੇ ਵਿੱਚ ਮਨਾਇਆ ਜਾ ਰਿਹਾ, ਸਮੂਹ ਫਰੀਡਮ ਫਾਈਟਰਸ ਜੋ ਪਰਿਵਾਰ ਨੇ ਉਹਨਾਂ ਵੱਲੋਂ ਰਾਏ ਸਿੰਘ ਪਤੰਗਾ ਜੀ ਦੀ ਅਗਵਾਈ ਦੇ ਥੱਲੇ ਔਰ ਸਾਰੀ ਫੈਮਿਲੀਜ਼ ਫਰੀਡਮ ਫਾਈਟਰਸ ਦੀਆਂ ਆਈਆਂ ਹੋਈਆਂ ਨੇ ਔਰ ਬੜਾ ਅੱਛਾ ਸਮਾਗਮ ਜਿਹੜਾ ਇੱਥੇ ਕੀਤਾ ਗਿਆ। ਬੜੀਆਂ ਡਿਮਾਂਡਸ ਵੀ ਆਈਆਂ ਨੇ ਔਰ ਮੈਂ ਟੇਕਅਪ ਕਰਾਂਗਾ ਗਵਰਨਮੈਂਟ ਲੈਵਲ 'ਤੇ, CM ਸਾਹਿਬ ਨਾਲ ਵੀ ਗੱਲ ਕਰਾਂਗੇ ਤਾਂ ਜੋ ਇਹ ਜੈਨੂਅਨ ਡਿਮਾਂਡਸ ਨੇ ਉਹਨਾਂ ਦਾ ਹੱਲ ਕੱਢਿਆ ਜਾਵੇ ਔਰ ਇਹਨਾਂ ਪਰਿਵਾਰਾਂ ਨੂੰ ਸਰਕਾਰ ਵੱਲੋਂ ਜੋ ਬਣਦੀਆਂ ਸਹੂਲਤਾਂ ਨੇ ਉਹ ਦਿੱਤੀਆਂ ਜਾਣ। ਬੜੀ ਅੱਛੀ ਗੱਲ ਹੈ ਕਿ ਇਸ ਤਰ੍ਹਾਂ ਜੋ ਸਾਡੇ ਸ਼ਹੀਦ ਹੈਗੇ ਨੇ ਉਹਨਾਂ ਦੇ ਜਨਮ ਦਿਹਾੜੇ, ਉਹਨਾਂ ਦਾ ਜਿਹੜਾ ਹੈਗਾ ਜਦੋਂ ਸ਼ਹੀਦੀ ਦਿਵਸ, ਇਹ ਸਾਰੇ ਮਨਾਉਣੇ ਚਾਹੀਦੇ ਨੇ ਤਾਂ ਕਿ ਜਿਹੜੀ ਅੱਜ ਕੱਲ੍ਹ ਦੀ ਪੀੜ੍ਹੀ ਹੈ ਉਹਨਾਂ ਨੂੰ ਪਤਾ ਚੱਲੇ। ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਦਾ ਨੂੰ ਕੁਛ ਪਤਾ ਹੀ ਨਹੀਂ ਹੈਗਾ ਇਹਨਾਂ ਬਾਰੇ, ਆਪਣੀ ਸ਼ਹੀਦਾਂ ਬਾਰੇ। ਇੱਦਾਂ ਦੇ ਜ਼ਿਆਦਾ ਤੋਂ ਜ਼ਿਆਦਾ ਫੰਕਸ਼ਨ ਹੋਣੇ ਚਾਹੀਦੇ ਨੇ। ਅਸੀਂ ਡਿਮਾਂਡ ਦੇਖੀਏ, ਦੇਖੋ ਕੁਛ ਤਾਂ ਪੋਲਿਸੀ ਡਿਸੀਜ਼ਨ ਵਾਲੀਆਂ ਡਿਮਾਂਡਸ ਹੈ ਕਿ ਦੇਖੋ ਇਸ ਵੇਲੇ ਅਸੀਂ ਜਿਹੜੀ ਇਹ ਫੈਸਿਲਿਟੀਜ਼ ਉਹ ਦਿੰਦੇ ਹਾਂ, ਅਸੀਂ ਪੋਤੇ ਪੋਤੀ ਦੋਤੇ ਦੋਤੀ ਤੱਕ ਦਿੰਦੇ ਹਾਂ। ਇਹਨਾਂ ਦੀ ਡਿਮਾਂਡ ਹੈ ਕਿ ਅੱਗੇ ਤੱਕ ਜਾਏ, ਅਤੇ ਉਹ ਫਿਰ ਦੇਖਣਾ ਪਏਗਾ ਕਿ ਪੋਲਿਸੀ ਡਿਸੀਜ਼ਨ ਹੈਗਾ ਕਿ ਕਿੰਨੇ ਕਿਸ ਤਰ੍ਹਾਂ ਦੇ ਅਫੈਕਟਡ ਲੋਕ ਹੈਗੇ ਨੇ, ਉਹ ਦੇਖ ਕੇ ਫਿਰ ਅੱਗੇ ਕੀਤਾ ਜਾਏਗਾ। ਉਹ ਤਾਂ ਨੋਟੀਫਿਕੇਸ਼ਨ ਹੋ ਗਈ ਹੈ, ਉਹ ਗਲਤ ਗੱਲ ਹੈਗੀ। ਉਹ ਫਿਰ ਲੋਕਲ ਆਪਣੇ ਡਿਪਟੀ ਕਮਿਸ਼ਨਰ ਜਾਂ SDM ਦੇ ਨੋਟਿਸ ਲਿਆਉਣ, ਕਿਉਂਕਿ ਗੌਰਮੈਂਟ ਨੇ ਤਾਂ ਨੋਟੀਫਿਕੇਸ਼ਨ ਕਰ ਦਿੱਤੀ ਹੈ ਇਹਨਾਂ ਨੂੰ ਟੋਲ ਪਲਾਜ਼ਾ ਤੋਂ ਐਗਜੈਂਪਸ਼ਨ। ਨਹੀਂ ਕੋਟਾ ਇਹਨਾਂ ਦੇ ਜਿੱਦਾਂ ਉਡਾ ਜਾਂ ਗਮਾਡਾ ਜਾਂ ਜਿਹੜੇ ਨਵੇਂ ਕੋਈ ਵੀ ਸਕੀਮ ਕੱਢਦੇ ਨੇ ਪਲਾਟਾਂ ਦੀ ਜਾਂ ਘਰਾਂ ਦੀ, ਉਹ 'ਚ 2% ਰਿਜ਼ਰਵੇਸ਼ਨ ਹੈਗੀ ਹੈ ਇਹਨਾਂ ਦੇ। ਕੁਛ ਨਵਾਂ ਲਾਗੂ ਹੋ ਰਿਹਾ ਨਵਾਂ, ਹੁਣ ਨਵੀਂ ਸਰਕਾਰ ਆਈ ਹੈਗੀ ਆ, ਉਹਦੇ 'ਚ ਉਹਨਾਂ ਨੇ 4-5 ਫੈਸਲੇ ਲਏ ਹੈਗੇ ਨੇ। ਜਿਸ ਤਰ੍ਹਾਂ 300 ਯੂਨਿਟ ਦੇਣੇ ਬਿਜਲੀ ਦੇ ਫਰੀਡਮ ਫਾਈਟਰ ਜਿਹੜੇ ਹੈਗੇ ਨੇ, ਫਿਰ ਉਹਨਾਂ ਨੂੰ ਜਿਹੜਾ ਹੈ ਟਿਊਬਵੈੱਲ ਕਨੈਕਸ਼ਨ ਦੇਣਾ ਪਹਿਲ 'ਤੇ। ਨਹੀਂ ਇੰਪਲੀਮੈਂਟ ਹੋ ਗਈ ਹੈ, ਨੋਟੀਫਾਈ ਹੋ ਗਈ ਹੈ। ਮੈਂ ਅਜਮੇਰ ਸਿੰਘ ਸਿੱਧੂ, ਪਿੰਡ ਸੰਗਤਪੁਰਾਈ। ਜੋ ਅੱਜ ਸ਼ਹੀਦ ਸੁਖਦੇਵ ਜੀ ਦਾ ਜਨਮਦਿਨ ਦੇ ਜੋ ਸਮਾਗਮ ਕੀਤਾ ਜੀ, ਇੱਕ ਸ਼ਲਾਘਾਯੋਗ ਸਮਾਗਮ ਹੈ, ਬਹੁਤ ਵਧੀਆ ਵਿਚਾਰ ਨੇ। ਪਰ ਮੈਂ ਇੱਕ ਇਸ ਸਮੇਂ ਬਹੁਤ ਦੁੱਖ ਦੀ ਗੱਲ ਦੱਸਣੀ ਚਾਹੁੰਦਾ ਕਿ ਸ਼ਹੀਦ ਸੁਖਦੇਵ ਜੀ, ਰਾਜਗੁਰੂ ਜੀ ਅਤੇ ਸ਼ਹੀਦ ਭਗਤ ਸਿੰਘ ਜੀ ਤੋਂ 15 ਸਾਲ 1 ਮਹੀਨਾ 13 ਦਿਨ ਪਹਿਲਾਂ ਉਹੀ ਦੋਸ਼, ਉਹੀ ਧਾਰਾ, ਉਹੀ ਦੋਸ਼ ਕੀ ਆ, ਅੰਗਰੇਜ਼ਾਂ ਦੇ ਵਿਰੁੱਧ ਬਗਾਵਤ ਕਰਨ ਅਤੇ ਫੌਜ ਨੂੰ ਭੜਕਾਉਣ ਦਾ ਦੋਸ਼, ਅਤੇ ਧਾਰਾ 121A ਵਰਮਾ ਮਾਂਡੀ ਸਾਜ ਕੇ ਅਧੀਨ ਵਰਮਾ ਮਾਂਡੀ ਜੇਲ੍ਹ ਦੇ ਵਿੱਚ 10 ਫਰਵਰੀ 1916 ਦਿਨ ਵੀਰਵਾਰ ਸਵੇਰੇ 7 ਵਜੇ ਸ਼ਹੀਦ ਬਾਬਾ ਅੰਦਰਿੰਦਰ ਸਿੰਘ ਗੱਦਰੀ ਬਾਬੇ, ਪਿੰਡ ਸੰਗਤਪੁਰਾ ਜਗਰਾਓਂ, ਜਿਨ੍ਹਾਂ ਨੂੰ ਅੱਜ ਦੇਸ਼ ਤੋਂ ਕੁਰਬਾਨ ਹੋਇਆ, 101 ਸਾਲ ਹੋ ਗਿਆ, ਜਿਨ੍ਹਾਂ ਨੂੰ ਸਰਕਾਰਾਂ ਨੇ ਅਣਗੌਲਾ ਕੀਤਾ, ਅੱਜ ਤੱਕ ਉਹਨਾਂ ਨਾ ਤਾਂ ਕੋਈ ਜਨਮਦਿਨ ਹੈ ਨਾ ਕੋਈ ਸ਼ਹੀਦੀ ਦਿਨ ਹੈ। ਅਸੀਂ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਸਾਡੇ ਪਰਿਵਾਰ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਸਹੂਲਤ ਦੀ ਜ਼ਰੂਰਤ ਨਹੀਂ, ਪਰ ਜਿਹਨਾਂ ਸ਼ਹੀਦਾਂ ਨੇ ਦੇਸ਼ ਦੀ ਖਾਤਰ ਕੁਰਬਾਨੀ ਕੀਤੀ ਆ ਉਹਨਾਂ ਨੂੰ ਤਾਂ ਯਾਦ ਕੀਤਾ ਜਾਵੇ।